ਸਾਦਤ ਹਸਨ ਮੰਟੂ ਦੀ ਕਹਾਣੀ ਕਾਲੀ ਸਲਵਾਰ ਦਾ ਬਾਕੀ ਦਾ ਹਿੱਸਾ ਅਨਵਰੀ ਤੇ ਮੁਖਤਿਆਰ ਦੇ ਕੋਲ ਇਹ ਲਿਬਾਸ ਦੇਖ ਕੇ ਜਦੋਂ ਘਰ ਆਈ ਤਾਂ ਉਹਦਾ ਦਿਲ ਗਮਗੀਨ ਸੀ ਉਹਨੂੰ ਜਿਆ ਮਾਲੂਮ ਹੁੰਦਾ ਸੀ ਕਿ ਇੱਕ ਫੋੜਾ ਜਿਹਾ ਉਹਦੇ ਅੰਦਰ ਪੈਦਾ ਹੋ ਗਿਆ ਘਰ ਬਿਲਕੁਲ ਖਾਲੀ ਸੀ ਉੰਜ ਹੀ ਹਮੇਸ਼ਾ ਦੀ ਤਰ੍ਹਾਂ ਬਾਰ ਸੀ ਧੀਰ ਤੱਕ ਉਹ ਦਰੀ ਤੇ ਗਾਵਤਕਿਆ ਸਿਰ ਦੇ نیچے ਰੱਖ ਕੇ لیਟੀ ਰਹੀ ਪਰ ਜਦੋਂ ਉਹਦੀ ਗਰਦਨ ਉਚਾਈ ਦੇ ਕਾਰਨ ਆਕੜ ਜੀ ਗਈ ਤਉ ਉਠ ਕੇ ਉਹ ਬਾਹਰ ਬਾਲਕਨੀ ਚ ਚਲੀ ਗਈ ਤਾਂ ਕਿ ਗਮਗੀਨ ਖਿਆਲਾਂ ਨੂੰ ਆਪਣੇ ਦਿਮਾਗ ਚੋਂ ਕੱਢ ਦੇਵੇ ਸਾਹਮਣੇ ਪਟੜੀਆਂ ਉੱਤੇ ਗੱਡੀਆਂ ਦੇ ਡੱਬੇ ਖੜੇ ਸੀ ਪਰ ਇੰਜਨ ਕੋਈ ਵੀ ਨਹੀਂ ਸੀ ਸ਼ਾਮ ਦਾ ਵਕਤ ਸੀ ਛਿੜਕਾ ਹੋ ਚੁੱਕਾ ਸੀ ਇਸ ਲਈ ਗਰਦ ਤੇ ਗੁਬਾਰ ਧਬ ਗਿਆ ਸੀ ਬਾਜ਼ਾਰ ਚ ਜਏ ਆਦਮੀ ਚੱਲਣੇ ਸ਼ੁਰੂ ਹੋ ਗਏ ਸੀ ਜੋ ਤਾਕਤ ਚਾਕ ਕਰਨ ਤੋਂ ਬਾਅਦ ਚੁੱਪਚਾਪ ਘਰਾਂ ਦਾ ਰੁਖ ਕਰਦੇ ਐ ਅਜਿਹੀ ਇੱਕ ਆਦਮੀ ਨੇ ਗਰਦਨ ਉੱਚੀ ਕਰਕੇ ਸੁਲਤਾਨਾ ਵੱਲ ਦੇਖਿਆ ਸੁਲਤਾਨਾ ਮੁਸਕਰਾ ਪਈ ਤੇ ਉਹਨੂੰ ਭੁੱਲ ਗਈ ਕਿਉਂਕਿ ਹੁਣ ਸਾਹਮਣੇ ਪਟੜੀਆਂ ਉੱਤੇ ਕਿੰਜਨ ਪ੍ਰਗਟ ਹੋ ਗਿਆ ਸੀ ਸੁਲਤਾਨਾ ਨੇ ਗੌਰ ਨਾਲ ਉਹਦੀ ਤਰਫ ਦੇਖਣਾ ਸ਼ੁਰੂ ਕਰ ਦਿੱਤਾ ਤੇ ਹੌਲੀ-ਹੌਲੀ ਇਹ ਖਿਆਲ ਉਹਦੇ ਦਿਮਾਗ 'ਚ ਆਇਆ ਕਿ ਇੰਜਨ ਨੇ ਵੀ ਕਾਲਾ ਲਿਬਾਸ ਪਹਿਨ ਰੱਖਿਆ ਹੈ ਇਹ ਅਜੀਬੋ ਗਰੀਬ ਖਿਆਲ ਦਿਮਾਗ 'ਚੋਂ ਕੱਢਣ ਦੀ ਖਾਤਰ ਜਦੋਂ ਉਹਨੇ ਸੜਕ ਵੱਲ ਦੇਖਿਆ ਤਾਂ ਉਹਨੂੰ ਉਹੀ ਆਦਮੀ ਬੈਲਗੱਡੀ ਦੇ ਕੋਲ ਖੜਾ ਨਜ਼ਰ ਆਇਆ ਜਿਨੇ ਉਹਦੀ ਤਰਫ ਲਲਚਾਈਆਂ ਨਜ਼ਰਾਂ ਨਾਲ ਦੇਖਿਆ ਸੀ ਸੁਲਤਾਨਾ ਨੇ ਉਹਨੂੰ ਹੱਥ ਨਾਲ ਇਸ਼ਾਰਾ ਕੀਤਾ ਉਸ ਆਦਮੀ ਨੇ ਇੱਧਰ ਉੱਧਰ ਦੇਖ ਕੇ ਇੱਕ ਲੱਤੀ ਫਿਸ਼ਾਰੇ ਨਾਲ ਪੁੱਛਿਆ ਕਿ ਿੱਧਰ ਦੀ ਆਵਾਂ ਸੁਲਤਾਨਾ ਨੇ ਉਹਨੂੰ ਰਸਤਾ ਦੱਸ ਦਿੱਤਾ ਉਹ ਆਦਮੀ ਥੋੜੀ ਦੇਰ ਖੜਾ ਰਿਹਾ ਪਰ ਫਿਰ ਬੜੀ ਫੁਰਤੀ ਨਾਲ ਉੱਪਰ ਆਇਆ ਸੁਲਤਾਨਾ ਨੇ ਉਹਨੂੰ ਦਰੀ ਤੇ ਬਿਠਾਇਆ ਜਦੋਂ ਬੈਠ ਗਿਆ ਤਾਂ ਉਹਨੇ ਗੱਲਬਾਤ ਸ਼ੁਰੂ ਕਰਨ ਲਈ ਕਿਹਾ ਤੁਸੀਂ ਉੱਪਰ ਆਉਂਦੇ ਹੋਏ ਡਰ ਰਹੇ ਸੀ ਉਹ ਆਦਮੀ ਇਹ ਸੁਣ ਕੇ ਮੁਸਕਰਾਇਆ ਤੈਨੂੰ ਕਿਵੇਂ ਪਤਾ ਲੱਗਾ ਡਰਨ ਦੀ ਗੱਲ ਹੀ ਕੀ ਸੀ ਇਹ ਤੇ ਸੁਲਤਾਨਾ ਨੇ ਕਿਹਾ ਇਹ ਮੈਂ ਇਸ ਲਈ ਕਿਹਾ ਕਿ ਤੁਸੀਂ ਦੇਰ ਤੱਕ ਉੱਥੇ ਖੜੇ ਰਹੇ ਤੇ ਫਿਰ ਕੁਝ ਸੋਚ ਕੇ ਇੱਧਰ ਆਇਆ ਇਹ ਸੁਣ ਕੇ ਉਹ ਫਿਰ ਮੁਸਕਰਾਇਆ ਤੈਨੂੰ ਗਲਤਫਹਮੀ ਹੋਈ ਹੈ ਮੈਂ ਤੇਰੇ ਉੱਪਰ ਵਾਲੇ ਫਲੈਟ ਦੀ ਤਰਫ ਦੇਖ ਰਿਹਾ ਸੀ ਉੱਥੇ ਕੋਈ ਔਰਤ ਖੜੀ ਇੱਕ ਮਰਦ ਨੂੰ ਠੇਂਗਾ ਦੇ ਘਾ ਰਹੀ ਸੀ ਤੇ ਮੈਨੂੰ ਇਹ ਨਜ਼ਾਰਾ ਪਸੰਦ ਆਇਆ ਫਿਰ ਬੈਲਕਨੀ 'ਚ ਹਰਾ ਬੱਲਬ ਰੋਸ਼ਨ ਹੋਇਆ ਤਾਂ ਮੈਂ ਕੁਝ ਧੇਰ ਲਈ ਠਹਿਰ ਗਿਆ ਹਰੀ ਰੋਸ਼ਨੀ ਮੈਨੂੰ ਪਸੰਦ ਹੈ ਅੱਖਾਂ ਨੂੰ ਬਹੁਤ ਅੱਛੀ ਲੱਗਦੀ ਹੈ ਇਹ ਕਹਿ ਕੇ ਉਹਨੇ ਕਮਰੇ ਦਾ ਜਾਇਜ਼ਾ ਲੈਣਾ ਸ਼ੁਰੂ ਕਰ ਦਿੱਤਾ ਫਿਰ ਉੱਠ ਖੜਾ ਹੋਇਆ ਸੁਲਤਾਨਾ ਨੇ ਪੁੱਛਿਆ ਤੁਸੀਂ ਜਾ ਰਹੇ ਹੋ ਉਸ ਆਦਮੀ ਨੇ ਜਵਾਬ ਦਿੱਤਾ ਨਹੀਂ ਮੈਂ ਤੇਰੇ ਇਸ ਮਕਾਨ ਨੂੰ ਦੇਖਣਾ ਚਾਹਨਾ ਚੱਲ ਮੈਨੂੰ ਤਮਾਮ ਕਮਰੇ ਦਿਖਾ ਸੁਲਤਾਨਾ ਨੇ ਉਹਨੂੰ ਤਿੰਨ ਕਮਰੇ ਇੱਕ ਕਰਕੇ ਦਿਖਾ ਦਿੱਤੇ ਉਸ ਆਦਮੀ ਨੇ ਬਿਲਕੁਲ ਖਾਮੋਸ਼ੀ ਨਾਲ ਉਹਨਾਂ ਕਮਰਿਆਂ ਦਾ ਮੁਆਇਨਾ ਕੀਤਾ ਜਦੋਂ ਦੋਵੇਂ ਉਸੇ ਕਮਰੇ 'ਚ ਆ ਗਏ ਜਿੱਥੇ ਪਹਿਲਾਂ ਬੈਠੇ ਸੀ ਤਾਂ ਉਸ ਆਦਮੀ ਨੇ ਕਿਹਾ ਮੇਰਾ ਨਾਮ ਸ਼ੰਕਰ ਹੈ ਸੁਲਤਾਨਾ ਨੇ ਪਹਿਲੀ ਵਾਰ ਗੌਰ ਨਾਲ ਸ਼ੰਕਰ ਦੀ ਤਰਫ ਦੇਖਿਆ ਉਹ ਆਸਤ ਕੱਦ ਮਾਮੂਲੀ ਸ਼ਕਲ ਤੇ ਮਾਮੂਲੀ ਸ਼ਕਲ ਸੂਰਤ ਆਦਮੀ ਸੀ ਉਹਦੀਆਂ ਅੱਖਾਂ ਅਸਾਧਾਰਨ ਰੂਪ ਨਾਲ ਸ਼ਫਾਫ ਸਨ ਕਦੇ-ਕਦੇ ਉਹਨਾਂ 'ਚ ਇੱਕ ਅਜੀਬ ਕਿਸਮ ਦੀ ਚਮਕ ਵੀ ਪੈਦਾ ਹੁੰਦੀ ਸੀ ਗਠੀਲਾ ਤੇ ਕਸਰਤੀ ਬਦਨ ਸੀ ਕੰਨਪਟੀਆਂ ਉੱਤੇ ਉਹਦੇ ਵਾਲ ਸਫੈਦ ਹੋ ਰਹੇ ਸੀ ਖਾਕ ਸਤਰੀ ਰੰਗ ਦੀ ਗਰਮ ਪਤਲੂਨ ਪਹਿਨੀ ਹੋਈ ਸੀ ਸਫੈਦ ਕਮੀਜ਼ ਸੀ ਜਿਹਦਾ ਕਾਲਰ ਗਰਦਨ ਉੱਪਰ ਦੀ ਉੱਪਰ ਨੂੰ ਉਠਿਆ ਹੋਇਆ ਸੀ ਸ਼ੰਕਰ ਕੁਝ ਇਸ ਤਰ੍ਹਾਂ ਦਰੀ ਤੇ ਬੈਠਾ ਸੀ ਕਿ ਲੱਗਦਾ ਸੀ ਸ਼ੰਕਰ ਦੀ ਬਜਾਏ ਗਾਕ ਹੈ ਇਸ ਅਹਿਸਾਸ ਨੇ ਸੁਲਤਾਨਾ ਨੂੰ ਥੋੜਾ ਪਰੇਸ਼ਾਨ ਕਰਤਾ ਇਸ ਲਈ ਉਹਨੇ ਸ਼ੰਕਰ ਨੂੰ ਕਿਹਾ ਫਰਮਾਓ ਸ਼ੰਕਰ ਬੈਠਾ ਸੀ ਇਹ ਸੁਣ ਕੇ లేਟ ਗਿਆ ਮੈਂ ਕੀ ਫਰਮਾਵਾਂ ਕੁਝ ਤੂੰ ਹੀ ਫਰਮਾ ਤੂੰ ਹੀ ਮੈਨੂੰ ਬੁਲਾਇਆ ਜਦੋਂ ਸੁਲਤਾਨਾ ਕੁਝ ਨਾ ਬੋਲੀ ਤਾਂ ਉੱਠ ਬੈਠਾ ਮੈਂ ਸਮਝ ਲਿਆ ਲੈ ਹੁਣ ਮੈਂ ਥੋ ਸੁਣ ਜੋ ਕੁਝ ਤੂੰ ਸਮਝਿਆ ਗਲਤ ਹੈ ਮੈਂ ਉਹਨਾਂ ਲੋਕਾਂ ਚ ਨਹੀਂ ਆ ਜੋ ਕੁਝ ਪੈਸੇ ਦੇ ਕੇ ਜਾਂਦੇ ਐ ਡਾਕਟਰਾਂ ਦੀ ਤਰ੍ਹਾਂ ਮੇਰੀ ਫੀਸ ਐ ਮੈਨੂੰ ਜਦੋਂ ਬੁਲਾਇਆ ਜਾਏ ਤਾਂ ਫੀਸ ਦੇਣੀ ਪੈਂਦੀ ਐ ਸੁਲਤਾਨਾਏ ਸੁਣ ਕੇ ਚਕਰਾਂ ਗਈ ਇਹਦੇ باوجود ਉਹਨੂੰ ਬੇਖਤਿਆਰ ਹਾਸੇ ਆ ਗਈ ਤੁਸੀਂ ਕੰਮ ਕੀ ਕਰਦੇ ਹੋ ਸ਼ੰਕਰ ਨੇ ਜਵਾਬ ਦਿੱਤਾ ਇਹ ਹੀ ਜੋ ਤੂੰ ਕਰਦੀ ਕੀ ਤੂੰ ਕੀ ਕੰਮ ਕਰਦੀ ਹੈ ਮੈਂ ਮੈਂ ਕੁਝ ਨਹੀਂ ਕਰਦੀ ਮੈਂ ਵੀ ਕੁਝ ਨਹੀਂ ਕਰਦਾ ਸੁਲਤਾਨਾ ਨੇ ਖਿੱਚ ਕੇ ਕਿ ਇਹ ਤਾਂ ਕੋਈ ਗੱਲ ਨਾ ਹੋਈ ਤੁਸੀਂ ਕੁਝ ਨਾ ਕੋਈ ਤਾਂ ਜ਼ਰੂਰ ਕਰਦੇ ਹੋਗੇ ਸ਼ੰਕਰ ਨੇ ਬੜੀ ਤਸੱਲੀ ਨਾਲ ਜਵਾਬ ਦਿੱਤਾ ਤੋ ਵੀ ਕੁਝ ਨਾ ਕੁਝ ਜ਼ਰੂਰ ਕਰਦੀ ਹੋਏਂਗੀ ਝੱਕ ਮਾਰਦੀ ਹੈ ਮੈਂ ਵੀ ਝੱਕ ਮਾਰਦਾ ਤਾਉ ਦੋਵੇਂ ਚੱਖ ਮਾਰੀਏ ਮੈਂ ਹਾਜ਼ਰ ਆ ਪਰ ਚੱਖ ਮਾਰਨ ਦੀ ਕੀਮਤ ਮੈਂ ਕਦੇ ਨਹੀਂ ਦਿਆ ਕਰਦਾ ਹੋਸ਼ ਦੀ ਦਵਾ ਕਰੋ ਇਹ ਲੰਗਰ ਖਾਨਾ ਨਹੀਂ ਤੇ ਮੈਂ ਵੀ ਵਲੰਟੀਅਰ ਨਹੀਂ ਸੁਲਤਾਨਾ ਇੱਥੇ ਰੁਕ ਗਈ ਉਹਨੇ ਪੁੱਛਿਆ ਵਲੰਟੀਅਰ ਕੌਣ ਹੁੰਦੇ ਨੇ ਸ਼ੰਕਰ ਨੇ ਜਵਾਬ ਦਿੱਤਾ ਉੱਲੂ ਦੇ ਪੱਠੇ ਤੇ ਮੈਂ ਵੀ ਉੱਲੂ ਦੀ ਪੱਠੀ ਨਹੀਂ ਪਰ ਉਹ ਆਦਮੀ ਖੁਦਾਬਖਸ਼ ਜੋ ਤੇਰੇ ਨਾਲ ਰਹਿੰਦਾ ਜ਼ਰੂਰ ਉੱਲੂ ਦਾ ਪੱਠਾ ਹੈ ਇਸ ਲਈ ਕਿ ਉਹ ਕਈ ਦਿਨਾਂ ਤੋਂ ਇੱਕ ਅਜੇ ਕੋਦਾ ਰਸੀਦਾ ਫਕੀਰ ਦੇ ਕੋਲ ਆਪਣੀ ਕਿਸਮਤ ਖਲਵਾਉਣ ਦੀ ਖਾਤਰ ਜਾ ਰਿਹਾ ਹੈ ਜਿਹਦੀ ਕਿਸਮਤ ਜੰਗ ਲਗੇ ਤਾਲੇ ਦੀ ਤਰ੍ਹਾਂ ਬੰਦ ਹੈ ਇਹ ਕਹਿ ਕੇ ਸ਼ੰਕਰ ਹੱਸਿਆ ਇਸ ਤੇ ਸੁਲਤਾਨਾ ਨੇ ਕਿਹਾ ਤੂੰ ਹਿੰਦੂ ਹੈ ਇਸ ਲਈ ਸਾਡੇ ਇਹਨਾਂ ਮਜ਼ੁਰਗਾਂ ਦਾ ਮਜ਼ਾਕ ਉਡਾਣਾ ਹੈ ਸ਼ੰਕਰ ਮੁਸਕਰਾਇਆ ਐਸੀਆਂ ਥਾਵਾਂ ਉੱਤੇ ਹਿੰਦੂ ਮੁਸਲਮਨ ਦੇ ਸਵਾਲ ਪੈਦਾ ਨਹੀਂ ਕਰਦੇ ਪੰਡਤ ਮਾਲਵੀਆ ਤੇ ਮਿਸਟਰ ਜਨਾਜੇ ਇੱਥੇ ਆਉਣ ਤਾਂ ਉਹ ਵੀ شریف ਆਦਮੀ ਬਣ ਜਾਣ ਪਤਨ ਇਹ ਤੂੰ ਕੀ ਉਟਪਟਾਂ ਗੱਲਾਂ ਕਰਦਾ ਬੋਲ ਰਹੇਗਾ ਇਸੇ ਸ਼ਰਤ ਉੱਤੇ ਜੋ ਪਹਿਲਾਂ ਦੱਸ ਚੁੱਕਾ ਸੁਲਤਾਨਾ ਉੱਠ ਖੜੀ ਹੋਈ ਕਾ ਜਾ ਰਸਤਾ ਫੜ ਸ਼ੰਕਰ ਆਰਾਮ ਨਾਲ ਉੱਠਿਆ ਪਤਲੂਨ ਦੀਆਂ ਜੇਬਾਂ ਚ ਉਹਨੇ ਆਪਣੇ ਦੋਨੇ ਹੱਥ ਠੋਕੇ ਤੇ ਜਾਂਦੇ ਹੋਏ ਕਿਆ ਮੈਂ ਕਦੇ ਕਦੇ ਇਸ ਬਾਜ਼ਾਰ ਚੋਂ ਲੰਘਿਆ ਕਰਦਾ ਜਦੋਂ ਵੀ ਤੈਨੂੰ ਮੇਰੀ ਜ਼ਰੂਰਤ ਹੋਵੇ ਬੁਲਾ ਲੈ ਮੈਂ ਬਹੁਤ ਕਮਦੌਦ ਆਦਮੀ ਹਾਂ ਸ਼ੰਕਰ ਚਲਾ ਗਿਆ ਸੁਲਤਾਨਾ ਕਾਲੇ ਲਿਬਾਸ ਨੂੰ ਭੁੱਲ ਕੇ ਦੇਰ ਤੱਕ ਉਹਦੇ ਵਿਸ਼ੇ 'ਚ ਸੋਚਦੀ ਰਹੀ ਇਸ ਆਦਮੀ ਦੀਆਂ ਗੱਲਾਂ ਨੇ ਉਹਦੇ ਦੁੱਖ ਨੂੰ ਬਹੁਤ ਹਲਕਾ ਕਰ ਦਿੱਤਾ ਸੀ ਜੇ ਉਹ ਅੰਬਾਲਾ ਚ ਆਇਆ ਹੁੰਦਾ ਜਿੱਥੇ ਕਿ ਉਹ ਖੁਸ਼ਹਾਲ ਸੀ ਤਾਂ ਉਹਨੇ ਕਿਸੇ ਹੋਰ ਰੰਗ 'ਚ ਇਸ ਆਦਮੀ ਨੂੰ ਦੇਖਿਆ ਹੁੰਦਾ ਇੱਥੇ ਕਿਉਂਕਿ ਉਹ ਬਹੁਤ ਉਦਾਸ ਰਹਿੰਦੀ ਸੀ ਇਸ ਲਈ ਸ਼ੰਕਰ ਦੀਆਂ ਗੱਲਾਂ ਉਹਨੂੰ ਪਸੰਦ ਆਈਆਂ ਸ਼ਾਮ ਨੂੰ ਜਦੋਂ ਖੁਦਾਬਖਸ਼ ਆਇਆ ਤਾਂ ਸੁਲਤਾਨਾ ਨੇ ਉਹ ਤੋਂ ਪੁੱਛਿਆ ਤੂੰ ਅੱਜ ਸਾਰਾ ਦਿਨ ਕਿੱਧਰ ਗਾਇਬ ਰਿਆ ਖੁਦਾਬਖਸ਼ ਥੱਕ ਕੇ ਚੂਰ-ਚੂਰ ਹੋ ਰਿਹਾ ਸੀ ਕਹਿਣ ਲੱਗਾ ਪੁਰਾਣੇ ਕਿਲੇ ਦੇ ਕੋਲੋਂ ਆ ਰਿਹਾ ਉੱਥੇ ਇੱਕ ਬਜ਼ੁਰਗ ਕੁਝ ਦਿਨਾਂ ਤੋਂ ਠਹਿਰੇ ਹੋਏ ਆ ਉਹਨਾਂ ਦੇ ਕੋਲ ਹੀ ਹਰ ਰੋਜ਼ ਜਾਣਾ ਸਾਡੇ ਦਿਨ ਫਿਰ ਜਾਣ ਕੁਝ ਉਹਨਾਂ ਨੇ ਤੈਨੂੰ ਕਿਹਾ ਨਹੀਂ ਹਾਲੇ ਮਿਹਰਬਾਨੀ ਹੋਈ ਪਰ ਸੁਲਤਾਨਾ ਮੈਂ ਜੋ ਉਹਨਾਂ ਦੀ ਖਿਦਮਤ ਕਰ ਰਹੀ ਆ ਉਹ ਕਾਰਤ ਕਦੇ ਨਹੀਂ ਜਾਏਗੀ ਅੱਲਾ ਦਾ ਫਜ਼ਲ ਜੇਕਰ ਸ਼ਾਮਿਲ ਹਾਲ ਰਿਆਂ ਤਾਂ ਬਹੁਤ ਵਾਰੀ ਨਿਆਰੀ ਹੋ ਜਾਣਗੇ ਸੁਲਤਾਨਾ ਦੇ ਦਿਮਾਗ 'ਚ ਮੁਹਰਮ ਮਨਾਉਣ ਦਾ ਖਿਆਲ ਸਮਾਇਆ ਹੋਇਆ ਸੀ ਖੁਦਾਬਖਸ਼ ਨੂੰ ਰੋਣੀ ਵਾਸਤੇ ਕਹਿਣ ਲੱਗੀ ਸਾਰਾ ਸਾਰਾ ਦਿਨ ਬਾਹਰ ਗਾਇਬਰਨ ਮੈਂ ਇੱਥੇ ਪਿੰਜਰੇ 'ਚ ਕੈਦ ਰਹਿਣੀ ਆ ਨਾ ਕਿਤੇ ਜਾ ਸਕਦੀਆਂ ਨਾ ਆ ਸਕਦੀਆਂ ਮੁਹਰਮ ਸਿਰ ਤੇ ਆ ਗਿਆ ਕੁਝ ਤੂੰ ਇਹਦੀ ਵੀ ਫਿਕਰ ਕੀਤੀ ਕਿ ਮੈਨੂੰ ਕਾਲੇ ਕੱਪੜੇ ਚਾਹੀਦੇ ਘਰ ਚ ਫੁੱਟੀ ਕਾਡੀ ਵੀ ਨਹੀਂ ਵੰਗਾ ਸਨ ਸੋ ਇੱਕ 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 ਕਰਕੇ ਵਿਕ ਗਈਆਂ ਹੁਣ ਤੂੰ ਹੀ ਦੱਸ ਕੀ ਹੋਏਗਾ ਇੰਜ ਫਕੀਰਾਂ ਦੇ ਪਿੱਛੇ ਕਦੋਂ ਤੱਕ ਮਾਰਿਆ ਮਾਰਿਆ ਫਿਰੇਗਾ ਮੈਨੂੰ ਤਾਂ ਅਜਿਹਾ ਵਿਖਾਈ ਦਿੰਦਾ ਕਿ ਇੱਥੇ ਦਿੱਲੀ ਚ ਖੁਦਾ ਨੇ ਵੀ ਸਾਥੋਂ ਮੂੰਹ ਮੋੜ ਲਿਆ ਮੇਰੀ ਸੁਨੇ ਤਾਂ ਆਪਣਾ ਕੰਮ ਸ਼ੁਰੂ ਕਰ ਦੇ ਕੋਈ ਤਾਂ ਸਹਾਰਾ ਹੋ ਹੀ ਜਾਏਗਾ ਖੁਦਾਬਖਸ਼ ਦਰੀ ਤੇ ਲੇਟ ਕੇ ਕਹਿਣ ਲਗਾ ਪਰ ਇਹ ਕੰਮ ਸ਼ੁਰੂ ਕਰਨ ਦੇ ਲਈ ਵੀ ਤਾਂ ਥੋੜਾ ਸਰਮਾਇਆ ਚਾਹੀਦਾ ਹੈ ਖੁਦਾ ਦੇ ਲਈ ਹੁਣ ਅਜਿਹੀਆਂ ਦੁੱਖ ਭਰੀਆਂ ਗੱਲਾਂ ਨਾ ਕਰ ਮੈਨੂੰ ਹੁਣ ਬਰਦਾਸ਼ਤ ਨਹੀਂ ਹੋ ਸਕਦੀਆਂ ਮੈਂ ਸੱਚਮੁੱਚ ਅੰਬਾਲਾ ਛੱਡਣ 'ਚ ਸਖਤ ਗਲਤੀ ਕੀਤੀ ਪਰ ਜੋ ਕਰਦਾ ਹੈ ਲਈ ਕਰਦਾ ਹੈ ਤੇ ਸਾਡੀ ਬਹੁਤ ਬਿਹਤਰੀ ਦੇ ਲਈ ਕਰਦਾ ਹੈ ਕੀ ਪਤਾ ਹੈ ਕਿ ਕੁਝ ਦੇਰ ਹੋਰ ਤਕਲੀਫ ਬਰਦਾਸ਼ਤ ਕਰਨ ਦੇ ਬਾਅਦ ਤੂੰ ਸੁਲਤਾਨਾ ਨੇ ਗਲਾ ਕੱਟ ਕੇ ਕਿਹਾ ਤੂੰ ਖੁਦਾ ਦੇ ਲਈ ਕੁਝ ਕਰ ਚੋਰੀ ਕਰ ਜਾਂ ਡਾਕਾ ਮਾਰ ਇੱਕ ਸਲਵਾਰ ਦਾ ਕਪੜਾ ਜ਼ਰੂਰ ਲਿਆ ਦੇ ਮੇਰੇ ਕੋਲ ਸਫੇਦ ਬੂਸਕੀ ਦੀ ਕਮੀਜ਼ ਪਈ ਹੈ ਉਹਨੂੰ ਮੈਂ ਕਾਲਾ ਰੰਗਵਾ ਲਾਂਗੀ ਸਫੇਦ ਲੀਲਨ ਦਾ ਇੱਕ ਦੁਪੱਟਾ ਵੀ ਮੇਰੇ ਕੋਲ ਮੌਜੂਦ ਹੈ ਉਹੀ ਜੋ ਤੂੰ ਮੈਨੂੰ ਦਿਵਾਲੀ ਤੇ ਲਿਆ ਕੇ ਦਿੱਤਾ ਸੀ ਇਹ ਵੀ ਕਮੀਜ਼ ਦੇ ਨਾਲ ਕਾਲਾ ਰੰਗਵਾ ਲਿਆ ਜਾਏਗਾ ਸਿਰਫ ਸਲਵਾਰ ਦੀ ਕਸਰ ਹੈ ਸੋ ਤੂੰ ਕਿਸੇ ਨਾ ਕਿਸੇ ਤਰ੍ਹਾਂ ਪਾਇਦਾ ਕਰ ਦੇ ਦੇਖ ਤੈਨੂੰ ਮੇਰੀ ਜਾਨ ਦੀ ਕਸਮ ਕਿਸੇ ਨਾ ਕਿਸੇ ਤਰ੍ਹਾਂ ਲਿਆ ਦੇ ਮੇਰੇ ਮੱਤੀ ਖਾਵੇ ਜੇ ਨਾ ਲਿਆਵੇਂ ਖੁਦਾਬਖਸ਼ ਉੱਠ ਬੈਠਾ ਹੁਣ ਤੂੰ ਖਾਮ ਖਾ ਜੋਰ ਦੇਈ ਚਲੀ ਜਾ ਰਹੀ ਹੈ ਮੈਂ ਕਿੱਥੋਂ ਲਿਆਵਾਂਗਾ ਫੀਮ ਖਾਣ ਦੇ ਲਈ ਤਾਂ ਮੇਰੇ ਕੋਲ ਪੈਸਾ ਨਹੀਂ ਕੁਝ ਵੀ ਕਰ ਤੂੰ ਮੈਨੂੰ ਸਾਢੇ 4 ਗਜ਼ ਖਾਲੀ ਸਾਟਨ ਲਿਆ ਦੇ ਦੁਆ ਕਰਕੇ ਅੱਜ ਰਾਤ ਹੀ ਅੱਲਾ ਦੋ ਤਿੰਨ ਆਦਮੀ ਭੇਜ ਦੇਵੇ ਲੇਕਿਨ ਤੂੰ ਕੁਝ ਨਹੀਂ ਕਰੇਗਾ ਤੂੰ ਜੇ ਚਾਹੇ ਤਾਂ ਜ਼ਰੂਰ ਇੰਨੇ ਪੈਸੇ ਪੈਦਾ ਕਰ ਸਕਦਾ ਹੈ ਜੰਗ ਤੋਂ ਪਹਿਲਾਂ ਇਹ ਸਾਟਨ 12 14 ਗਜ਼ ਮਿਲ ਜਾਂਦੀ ਸੀ ਉਨਸਵਾਰ ਪਰ ਗਸਦੇ ਦੇ ਹਿਸਾਬ ਨਾਲ ਮਿਲਦੀ ਹੈ ਸਾਡੇ 4 ਗੱਜਾਂ ਉੱਤੇ ਕਿੰਨੇ ਰੁਪਏ ਖਰਚ ਹੋ ਜਾਣਗੇ ਹੁਣ ਤੂੰ ਕਹਿੰਨੀ ਐ ਤਾਂ ਮੈਂ ਹੀਲਾ ਕਰਾਂਗਾ ਇਹ ਕਹਿ ਕੇ ਖੁਦਾਬਖਸ਼ ਉੱਠਿਆ ਲੈ ਹੁਣ ਇਹਨਾਂ ਗੱਲਾਂ ਨੂੰ ਭੁੱਲ ਜਾ ਮੈਂ ਖਾਣਾ ਲੈ ਆਵਾਂ ਹੋਟਲ ਚੋਂ ਖਾਣਾ ਆਇਆ ਦੋਵਾਂ ਨੇ ਮਿਲ ਕੇ ਜ਼ਹਿਰ ਮਾਰ ਕੀਤਾ ਸੌਂ ਗਏ ਸਵੇਰ ਹੋਈ ਖੁਦਾਬਖਸ਼ ਪੁਰਾਣੇ ਕਿਲੇ ਵਾਲੇ ਫਕੀਰ ਦੇ ਕੋਲ ਚਲਾ ਗਿਆ ਤੇ ਸੁਲਤਾਨਾ ਇਕੱਲੀ ਰਹਿ ਗਈ ਕੁਝ ਦਿਨ ਲੇਟੀ ਰਹੀ ਕੁਝ ਦਿਨ ਸੌਂਦੀ ਰਹੀ ਇੱਧਰ ਉੱਧਰ ਕਮਰਿਆਂ 'ਚ ਟਹਿਲਦੀ ਰਹੀ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਉਹਨੇ ਆਪਣਾ ਸਫੈਦ ਲੇਲੋਂ ਦਾ ਦੁਪੱਟਾ ਤੇ ਸਫੈਦ ਬੋਸਕੇ ਦੀ ਕਮੀਜ਼ ਕੱਢੀ ਤੇ ਠੇਹਾ ਲਾਂਡਰੀ ਵਾਲੇ ਨੂੰ ਰੰਗਣ ਦੇ ਲਈ ਦੇ ਆਈ। ਕੱਪੜੇ ਧੋਣ ਦੇ ਇਲਾਵਾ ਉੱਥੇ ਰੰਗਣ ਦਾ ਵੀ ਕੰਮ ਹੁੰਦਾ ਸੀ। ਇਹ ਕੰਮ ਕਰਨ ਤੋਂ ਬਾਅਦ ਉਹਨੇ ਵਾਪਸ ਆ ਕੇ ਫਿਲਮਾਂ ਦੀਆਂ ਕਿਤਾਬਾਂ ਪੜ੍ਹੀਆਂ ਜਿਨ੍ਹਾਂ ਚ ਉਹਦੀਆਂ ਦੇਖੀਆਂ ਹੋਈਆਂ ਫਿਲਮਾਂ ਦੀਆਂ ਕਹਾਣੀਆਂ ਤੇ ਗੀਤ ਛਪੇ ਸਨ। ਇਹ ਕਿਤਾਬਾਂ ਪੜਦੇ-ਪੜਦੇ ਉਹ ਸੌਂ ਗਈ ਤੇ ਜਦੋਂ ਉੱਠੀ ਤਾਂ 4:00 ਵੱਜ ਚੁੱਕੇ ਸੀ। ਕਿਉਂਕਿ ਧੁੱਪ ਵੇੜੇ ਚ ਮੋਰੀ ਦੇ ਕੋਲ ਪਹੁੰਚ ਚੁੱਕੀ ਸੀ ਨਾਤੋ ਕੇ ਫਾਰਗ ਹੋਈ ਤਾਂ ਗਰਮ ਚਾਦਰ ਲਪੇਟ ਕੇ ਬਾਲਕਨੀ ਚ ਖੜੀ ਰਹੀ ਹੁਣ ਸ਼ਾਮ ਹੋ ਗਈ ਸੀ ਬੱਤੀਆਂ ਰੌਸ਼ਨ ਹੋ ਗਈਆਂ ਸੀ ਛੇਠਾਂ ਸੜਕ ਉਤੇ ਰੌਣਕ ਦੇ ਅਸਾਰ ਨਜ਼ਰ ਆਉਣ ਲੱਗ ਪਏ ਸਰਦੀ ਚ ਥੋੜੀ ਜੀ شدت ਹੋ ਗਈ ਸੀ ਪਰ ਸੁਲਤਾਨਾ ਨੂੰ ਇਹ ਨਾਗਵਾਰ ਮਲੂਮ ਨਾ ਹੋਈ ਉਹ ਸੜਕ ਉਤੇ ਆਉਂਦੇ ਜਾਂਦੇ ਤੰਗਿਆਂ ਤੇ ਮੋਟਰਾਂ ਵੱਲ ਇੱਕ ਅਰਸੇ ਤੋਂ ਦੇਖ ਰਹੀ ਸੀ ਅਚਾਨਕ ਉਹਨੂੰ ਸ਼ੰਕਰ ਨਜ਼ਰ ਆਇਆ ਮਕਾਨ ਦੇ ਹੀਠਾਂ ਪਹੁੰਚ ਕੇ ਉਹਨੇ ਗਰਦਨ ਉੱਚੀ ਕੀਤੀ ਸੁਲਤਾਨਾ ਵੱਲ ਵੇਖ ਕੇ ਮੁਸਕਰਾ ਪਿਆ ਸੁਲਤਾਨਾ ਨੇ ਗਹਿਰ ਇਰਾਦੀ ਤੌਰ ਤੇ ਹੱਥ ਦਾ ਇਸ਼ਾਰਾ ਕੀਤਾ ਉਹਨੂੰ ਉੱਪਰ ਬੁਲਾ ਲਿਆ ਤੇ ਜਦੋਂ ਸ਼ੰਕਰ ਉੱਪਰ ਆ ਗਿਆ ਸੁਲਤਾਨਾ ਬਹੁਤ ਪਰੇਸ਼ਾਨ ਹੋਈ ਕਿ ਉਹਨੂੰ ਕੀ ਕਹੇ ਦਰਸਲ ਉਹਨੇ ਹੁੰਜੀ ਬਿਨਾ ਸੋਚੇ ਸਮਝੇ ਉਹਨੂੰ ਇਸ਼ਾਰਾ ਕਰਤਾ ਸੀ ਸ਼ੰਕਰ ਅਤਿਅੰਤ ਸੰਤੁਸ਼ਟ ਸੀ ਜਿਵੇਂ ਉਹਦਾ ਆਪਣਾ ਘਰ ਹੈ ਇਸ ਲਈ ਬੜੀ ਬੇਤਕल्लਫੀ ਨਾਲ ਪਹਿਲੇ ਦਿਨ ਦੀ ਤਰ੍ਹਾਂ ਗਾਵ ਤੱਕਿਆ ਸਿਰ ਦੇ ਹੀਠਾਂ ਰੱਖ ਕੇ ਲੇਟ ਗਿਆ ਤੇ ਜਦੋਂ ਸੁਲਤਾਨਾ ਨੇ ਢੇਰ ਤੱਕ ਉਸ ਨਾਲ ਕੋਈ ਗੱਲ ਨਾ ਕੀਤੀ ਤਾਂ ਉਹਨੇ ਕਿਹਾ ਤੂੰ ਮੈਨੂੰ 100 ਦਫ਼ਾ ਬੁਲਾ ਸਕਦੀ ਹੈਂ ਤੇ 100 ਦਫ਼ਾ ਹੀ ਕਹਿ ਸਕਦੀ ਹੈਂ ਕਿ ਚਲਿਆ ਜਾ ਮੈਂ ਐਸੀਆਂ ਗੱਲਾਂ ਉੱਤੇ ਕਦੇ ਨਾਰਾਜ਼ ਨਹੀਂ ਹੋਇਆ ਕਰਦਾ ਸੁਲਤਾਨਾ ਨੇ ਉੱਤਰ ਹੋ ਗਈ ਕਹਿਣ ਲੱਗੀ ਨਹੀਂ ਬੈਠ ਤੈਨੂੰ ਜਾਣ ਨੂੰ ਕੌਣ ਕਹਿੰਦਾ ਹੈ ਸ਼ੰਕਰ ਇਸ ਤੇ ਮੁਸਕਰਾ ਪਿਆ ਤਾਂ ਮੇਰੀਆਂ ਸ਼ਰਤਾਂ ਤੈਨੂੰ ਮਨਜ਼ੂਰ ਨੇ ਕੈਸੀਆਂ ਸ਼ਰਤਾਂ ਸੁਲਤਾਨਾ ਨੇ ਹੱਸ ਕੇ ਕਿਹਾ ਕੀ ਨਿਕਾ ਕਰ ਰਹੇ ਹੈ ਮੇਰੇ ਨਾਲ ਨਿਕਾਹ ਤੇ ਸ਼ਾਦੀ ਕੈਸੀ ਨਾ ਤੂੰ ਉਮਰ ਭਰ ਕਿਸੇ ਨਾਲ ਨਿਕਾਹ ਕਰੇਂਗੀ ਨਾ ਮੈਂ ਇਹ ਰਸਮਾਂ ਸਾਡੇ ਵਰਗਿਆਂ ਲਈ ਨਹੀਂ ਛੱਡ ਦੇ ਨਾ ਫਜ਼ੂਲ ਦੀਆਂ ਗੱਲਾਂ ਨੂੰ ਕੋਈ ਕੰਮ ਦੀ ਗੱਲ ਕਰ ਬੋਲ ਕੀ ਗੱਲ ਕਰਾਂ ਤੂੰ ਔਰਤ ਹੈ ਕੋਈ ਗੱਲ ਸ਼ੁਰੂ ਕਰ ਜਿਸ ਨਾਲ ਦੋ ਘੜੀ ਦਿਲ ਬਹਿਲ ਜਾਏ ਇਸ ਦੁਨੀਆ 'ਚ ਸਿਰਫ ਦੁਕਾਨਦਾਰੀ ਹੀ ਦੁਕਾਨਦਾਰੀ ਨਹੀਂ ਕੁਝ ਹੋਰ ਵੀ ਹੈ ਸੁਲਤਾਨਾ ਮਾਨਸਿਕ ਤੌਰ ਤੇ ਹੁਣ ਸ਼ੰਕਰ ਨੂੰ ਕਬੂਲ ਕਰ ਚੁੱਕੀ ਸੀ ਕਹਿਣ ਲੱਗੀ ਸਾਫ਼-ਸਾਫ਼ ਕਹਿ ਤੂੰ ਮੈਂ ਥੁੱਕੀ ਜਾਣਾ ਜੋ ਦੂਸਰੇ ਚਾਹੁੰਦੇ ਨੇ ਸ਼ੰਕਰ ਉੱਠ ਕੇ ਬੈਠ ਗਿਆ ਤੇਰੇ ਚ ਤੇ ਦੂਜਿਆਂ ਚ ਫਿਰ ਫਰਕ ਕੀ ਕੀ ਰਿਹਾ ਤੇਰੇ ਚ ਤੇ ਮੇਰੇ ਚ ਕੋਈ ਫਰਕ ਨਹੀਂ ਉਹਨਾਂ ਵਿੱਚ ਤੇ ਮੇਰੇ ਚ ਜ਼ਮੀਨ ਅਸਮਾਨ ਦਾ ਫਰਕ ਹੈ ਅਸੀਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਹਨ ਜੋ ਪੁੱਛਣੀਆਂ ਨਹੀਂ ਚਾਹੀਦੀਆਂ ਐਸੀਆਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜੋ ਪੁੱਛਣੀਆਂ ਨਹੀਂ ਚਾਹੀਦੀਆਂ ਸੁਲਤਾਨਾ ਨੇ ਥੋੜੀ ਦੇਰ ਤੱਕ ਸ਼ੰਕਰ ਦੀ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਫਿਰ ਕਿਹਾ ਮੈਂ ਸਮਝ ਗਈ ਹਾਂ ਤਾਂ ਤੂੰ ਦੱਸ ਕੀ ਇਰਾਦਾ ਹੈ ਤੂੰ ਜਿੱਤਿਆ ਮੈਂ ਹਾਰੀ ਪਰ ਮੈਂ ਕਹਿੰਨੀ ਆ ਅੱਜ ਤੱਕ ਕਿਸੇ ਨੇ ਐਸੀ ਗੱਲ ਕਬੂਲ ਨਹੀਂ ਕੀਤੀ ਹੋएगी ਤੂੰ ਗਲਤ ਕਹਿਨੀ ਐ ਇਸ ਮੁਹੱਲੇ ਚ ਤੈਨੂੰ ਐਸੀਆਂ ਸਾਦਾ ਲੋ ਔਰਤਾਂ ਵੀ ਮਿਲ ਜਾਣਗੀਆਂ ਜੋ ਕਦੇ ਯਕੀਨ ਨਹੀਂ ਕਰਨਗੀਆਂ ਕਿ ਔਰਤ ਐਸੀ ਜਲਤ ਕਬੂਲ ਕਰ ਸਕਦੀ ਐ ਜੋ ਤੂੰ ਬਗੈਰ ਕਿਸੇ ਅਹਿਸਾਸ ਦੇ ਕਬੂਲ ਕਰਦੀ ਰਹੀ ਐ ਲੇਕਿਨ ਇਹਨਾਂ ਦੇ ਨਾਂ ਯਕੀਨ ਕਰਨ ਦੇ ਬਾਵਜੂਦ ਤੁਸੀਂ ਹਜ਼ਾਰਾਂ ਦੀ ਤਾਦਾਦ ਵਿੱਚ ਮੌਜੂਦ ਹੋ ਤੇਰਾ ਨਾਮ ਸੁਲਤਾਨਾ ਹੈ ਨਾ ਸੁਲਤਾਨਾ ਹੀ ਹੈ ਸ਼ੰਕਰ ਉੱਠ ਖੜਾ ਹੋਇਆ ਤੇ ਹੱਸਣ ਲੱਗਾ ਮੇਰਾ ਨਾਮ ਸ਼ੰਕਰ ਹੈ ਇਹ ਨਾਮ ਵੀ ਅਜਬ ਊਟ ਪਟਾੰਗ ਹੁੰਦੇ ਐ ਚਲੋ ਆ ਅੰਦਰ ਚਲੀਏ ਸ਼ੰਕਰ ਤੇ ਸੁਲਤਾਨਾ ਵਿਚਾਰ ਲੈ ਕਮਰੇ ਚ ਵਾਪਸ ਆਏ ਤਾਂ ਦੋਵੇਂ ਹੱਸ ਰਹੇ ਸਨ ਪਤਾ ਨਹੀਂ ਕਿਸ ਗੱਲ ਤੇ ਤੇ ਜਦੋਂ ਸ਼ੰਕਰ ਜਾਣ ਲੱਗਾ ਤਾਂ ਸੁਲਤਾਨਾ ਨੇ ਕਿਹਾ ਸ਼ੰਕਰ ਮੇਰੀ ਗੱਲ ਮੰਨੇਗਾ ਸ਼ੰਕਰ ਨੇ ਜਵਾਬ ਚ ਕਿਹਾ ਪਹਿਲਾਂ ਗੱਲ ਦੱਸ ਸੁਲਤਾਨਾ ਕੋ ਝੇਂਪ ਜੀ ਗਈ ਤੂੰ ਕਹੇਗਾ ਕਿ ਮੈਂ ਕੀਮਤ ਵਸੂਲ ਕਰਨਾ ਚਾਹਨੀ ਆ ਪਰ ਕਹਿ ਕਹਿ ਰੋਕ ਕਿਉਂ ਗਈ ਹੈ ਸੁਲਤਾਨਾ ਨੇ ਹਿੰਮਤ ਤੋਂ ਕੰਮ ਲੈ ਕੇ ਕਿਆ ਗੱਲ ਏ ਮੁਹਰਮ ਆ ਰਿਹਾ ਹੈ ਮੇਰੇ ਕੋਲ ਇੰਨੇ ਪੈਸੇ ਨਹੀਂ ਕਿ ਕਾਲੀ ਸਲਵਾਰ ਬਣਵਾ ਸਕਾਂ ਇੱਥੋਂ ਦੇ ਸਾਰੇ ਬਖੇੜੇ ਤਾਂ ਤੂੰ ਮੈਥੋਂ ਸੁਣੀ ਚੁੱਕਾ ਕਮੀਜ਼ ਤੇ ਦੁਪੱਟਾ ਮੇਰੇ ਕੋਲ ਮੌਜੂਦ ਸੀ ਮੈਂ ਅੱਜ ਰੰਗਵਾਉਣ ਲਈ ਦੇ ਦਿੰਦਾ ਹੈ ਸ਼ੰਕਰ ਨੇ ਇਹ ਸੁਣ ਕੇ ਕਿਆ ਤੂੰ ਚਾਹਨੀ ਐ ਮੈਂ ਤੈਨੂੰ ਕੁਝ ਰੁਪਏ ਦੇ ਦੇਵਾਂ ਜੋ ਤੂੰ ਇਹ ਕਾਲੀ ਸਲਵਾਰ ਬਣਵਾ ਸਕੇ ਸੁਲਤਾਨਾ ਨੇ ਫੌਰਨ ਹੀ ਕਿਹਾ ਨਹੀਂ ਮੇਰਾ ਮਤਲਬ ਇਹ ਹੈ ਕਿ ਜੇ ਹੋ ਸਕੇ ਤਾਂ ਮੈਨੂੰ ਇੱਕ ਕਾਲੀ ਸਲਵਾਰ ਬਣਵਾ ਦੇ ਸ਼ੰਕਰ ਮੁਸਕਰਾਇਆ ਮੇਰੀ ਜੇਬ ਵਿੱਚ ਤਾਂ ਇਤਫਾਕ ਨਾਲ ਹੀ ਕੁਝ ਹੁੰਦਾ ਹੈ ਬਹਿਰਹਾਲ ਮੈਂ ਕੋਸ਼ਿਸ਼ ਕਰਾਂਗਾ ਮੁਹਰਮ ਦੀ ਪਹਿਲੀ ਤਰੀਕ ਨੂੰ ਤੈਨੂੰ ਇਹ ਸਲਵਾਰ ਮਿਲ ਜਾਏਗੀ ਲੈ ਬਸ ਹੁਣ ਖੁਸ਼ ਹੋ ਗਈ ਸੁਲਤਾਨਾ ਨੇ ਦੇ ਬੁੰਦਿਆਂ ਵੱਲ ਵੇਖ ਕੇ ਸ਼ੰਕਰ ਨੇ ਪੁੱਛਿਆ ਕੀ ਇਹ ਬੁੰਦੇ ਤੂੰ ਮੈਨੂੰ ਦੇ ਸਕਦੀ ਸੁਲਤਾਨਾ ਨੇ ਹੱਸ ਕੇ ਕਿਹਾ ਤੂੰ ਇਹਨਾਂ ਦਾ ਕੀ ਕਰੇਂਗਾ ਚਾਂਦੀ ਦੇ ਮਾਮੂਲੀ ਬੁੰਦੇ ਆ ਜਿਆਦਾ ਤੋਂ ਜਿਆਦਾ 5 ਰੁਪਏ ਦੇ ਹੋਣਗੇ ਇਥੇ ਸ਼ੰਕਰ ਨੇ ਕਿਹਾ ਮੈਂ ਤੇਤੋਂ ਬੁੰਦੇ ਮੰਗੇ ਆ ਇਹਨਾਂ ਦੀ ਕੀਮਤ ਨਹੀਂ ਪੁੱਛੀ ਬੋਲ ਦੇਣੀ ਹੈ ਲੈ ਲੈ ਇਹ ਕਹਿ ਕੇ ਸੁਲਤਾਨਾ ਨੇ ਬੁੰਦੇ ਉਤਾਰ ਕੇ ਸ਼ੰਕਰ ਨੂੰ ਦੇ ਦਿੱਤੇ ਉਹਨੂੰ ਬਾਅਦ ਚ ਅਫਸੋਸ ਹੋਇਆ ਪਰ ਸ਼ੰਕਰ ਜਾ ਚੁੱਕਾ ਸੀ ਸੁਲਤਾਨਾ ਨੂੰ ਬਿਲਕੁਲ ਯਕੀਨ ਨਹੀਂ ਸੀ ਕਿ ਸ਼ੰਕਰ ਆਪਣਾ ਵਾਅਦਾ ਪੂਰਾ ਕਰੇਗਾ ਪਰ 8 ਦਿਨਾਂ ਦੇ ਬਾਅਦ ਮੁਹਰਮ ਦੀ ਪਹਿਲੀ ਤਾਰੀਖ ਨੂੰ ਸਵੇਰ 9 ਵਜੇ ਦਰਵਾਜ਼ੇ ਤੇ دستਕ ਹੋਈ ਸੁਲਤਾਨਾ ਨੇ ਦਰਵਾਜ਼ਾ ਖੋਲ੍ਹਿਆ ਸ਼ੰਕਰ ਖੜਾ ਸੀ ਅਖਬਾਰ ਚ ਲਿਪਟੀ ਹੋਈ ਚੀਜ਼ ਉਹਨੇ ਸੁਲਤਾਨਾ ਨੂੰ ਦਿੱਤੀ ਤੇ ਕਿਹਾ ਸੈਟਨ ਦੀ ਕਾਲੀ ਸਲਵਾਰ ਦੇਖ ਲਈ ਸ਼ਾਇਦ ਲੰਮੀ ਹੋਵੇ ਹੁਣ ਮੈਂ ਚੱਲਦਾ ਸ਼ੰਕਰ ਸਲਵਾਰ ਦੇ ਕੇ ਚਲਾ ਗਿਆ ਤੇ ਕੋਈ ਗੱਲ ਸੁਲਤਾਨਾ ਨਾਲ ਨਾ ਕੀਤੀ ਉਹਦੀ ਪਤਲੂਨ ਚ ਵਾਲ ਪਏ ਹੋਏ ਸਨ ਵਾਲ ਖਿਲਰੇ ਹੋਏ ਸਨ ਐਸਾ ਮਾਲੂਮ ਹੁੰਦਾ ਸੀ ਹੁਣੇ ਸੌਂ ਕੇ ਉੱਠਿਆ ਸਿੱਧਾ ਇੱਧਰ ਹੀ ਚਲਾ ਆਇਆ ਸੁਲਤਾਨਾ ਨੇ ਕਾਗਜ਼ ਖੋਲ੍ਹਿਆ ਸਾਟਨ ਦੀ ਕਾਲੀ ਸਲਵਾਰ ਸੀ ਐਸੀ ਜੈਸੀ ਉਹ ਅਨਵਰੀ ਦੇ ਕੋਲ ਦੇਖ ਕੇ ਆਈ ਸੀ ਸੁਲਤਾਨਾ ਬਹੁਤ ਖੁਸ਼ ਹੋਈ ਬੁੰਦਿਆਂ ਤੇ ਇਸ ਸੌਦੇ ਦਾ ਜੋ ਅਫਸੋਸ ਉਹਨੂੰ ਹੋਇਆ ਸੀ ਇਸ ਸਲਵਾਰ ਨੇ ਤੇ ਸ਼ੰਕਰ ਦੇ ਵਾਅਦਾ ਨਿਭਾਉਣ ਨੇ ਉਹਨੂੰ ਦੂਰ ਕਰ ਦਿੱਤਾ ਦੁਪਹਿਰ ਨੂੰ ਉਹ ਹੀਠਾਂ ਲਾਂਡਰੀ ਵਾਲੇ ਤੋਂ ਆਪਣੀ ਰੰਗੀ ਕਮੀਜ਼ ਤੇ ਦੁਪੱਟਾ ਲੈ ਕੇ ਆਈ ਤਿੰਨ ਕਾਲੇ ਕੱਪੜੇ ਉਹਨੇ ਪਹਿਨ ਲਏ ਤਾਂ ਦਰਵਾਜ਼ੇ ਉੱਤੇ دستਕ ਹੋਈ ਸੁਲਤਾਨਾ ਨੇ ਦਰਵਾਜ਼ਾ ਖੋਲ੍ਹਿਆ ਅਨਵਰੀ ਅੰਦਰ ਦਾਖਲ ਹੋਈ ਤੇ ਬੋਲੀ ਕਮੀਜ਼ ਤੇ ਦੁਪੱਟਾ ਤਾਂ ਰੰਗਿਆ ਹੋਇਆ ਮਾਲੂਮ ਹੁੰਦਾ ਪਰ ਇਹ ਸਲਵਾਰ ਨਵੀਂ ਹੈ ਕਦੋਂ ਬਣਵਾਈ ਸੁਲਤਾਨਾ ਨੇ ਜਵਾਬ ਦਿੱਤਾ ਅੱਜ ਹੀ ਦਰਜੀ ਲਿਆਇਆ ਹੈ ਇਹ ਕਹਿੰਦੇ ਹੋਏ ਉਹਦੀਆਂ ਨਜ਼ਰਾਂ ਅਨਵਰੀ ਦੇ ਕੰਨਾਂ ਉੱਤੇ ਪਈਆਂ ਇਹ ਬੁੰਦੇ ਤੂੰ ਕਿੱਥੋਂ ਲਏ ਅਨਵਰੀਦ ਨੇ ਜਵਾਬ ਦਿੱਤਾ ਅੱਜ ਹੀ ਮੰਗਵਾਏ ਹੈ ਇਸ ਤੋਂ ਬਾਅਦ ਦੋਨਾਂ ਨੂੰ ਥੋੜੀ ਦੇਰ ਤੱਕ ਖਾਮੋਸ਼ ਰਹਿਣਾ ਪਿਆ ਧੰਨਵਾਦ